ਬਹੁਤ ਵਧੀਆ ਲੱਗਾ ਜੀ। ਬੜੀ ਸਾਨੂੰ ਖੁਸ਼ੀ ਹੋਈ ਇੱਥੇ ਆ ਕੇ ਸਕੂਲ ਦੇ ਵਿੱਚ, ਕਿ ਬੱਚਿਆਂ ਦੇ ਬਾਰੇ ਵੀ ਸਾਨੂੰ ਦੱਸਿਆ ਗਿਆ ਵੀ ਬੱਚੇ ਤੁਹਾਡੇ ਕੀ ਕਰਦੇ ਨੇ ਸਕੂਲ ਦੇ ਵਿੱਚ। ਬਾਕੀ ਟੀਚਰ ਸਾਹਿਬਾਨ ਬਹੁਤ ਵਧੀਆ ਨੇ, ਇਹਨਾਂ ਦੇ ਇੱਥੇ ਸਟਾਫ ਜਿਹੜਾ ਆ ਬਹੁਤ ਵਧੀਆ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਆ। ਬੜੀ ਸਾਨੂੰ ਮਾਣ ਆ ਇਹਨਾਂ ਦੇ ਉੱਤੇ। ਨਹੀਂ ਸਰ, ਕੋਈ ਇੱਦਾਂ ਦੀ ਗੱਲ ਨਹੀਂ, ਸਟਾਫ ਬਹੁਤ ਵਧੀਆ ਸਕੂਲ ਦਾ। ਪ੍ਰਿੰਸੀਪਲ ਮੈਡਮ, ਖਾਸ ਤੌਰ 'ਤੇ ਰਣਜੀਤ ਮੈਡਮ, ਸੁਮਨ ਮੈਡਮ ਬੱਚਿਆਂ ਦਾ ਬਹੁਤ ਧਿਆਨ ਰੱਖਦੇ ਆ। ਬੱਚਿਆਂ ਦੇ ਕੋਲੋਂ ਸਾਨੂੰ ਸਾਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਸਾਨੂੰ ਕੀ ਪੜ੍ਹਾਉਂਦੇ ਆ, ਕੀ ਅੱਗੇ ਕਾਰਵਾਈ ਕਰਦੇ ਆ। ਜੀ ਸਰ, ਸਾਡੇ ਟਾਈਮ ਦੇ ਵਿੱਚ ਤਾਂ ਇੱਦਾਂ ਦਾ ਸਰਕਾਰੀ ਸਕੂਲਾਂ 'ਚ ਨਹੀਂ ਸੀਗਾ ਕੁਛ ਵੀ, ਪਰ ਹੁਣ ਇਹ ਜੋ ਹੋ ਰਿਹਾ ਬਹੁਤ ਖੁਸ਼ੀ ਦੀ ਗੱਲ ਆ। ਸਾਨੂੰ ਵੀ ਇੱਥੇ ਆ ਕੇ ਪਤਾ ਲੱਗਦਾ ਵੀ ਸਾਡਾ ਬੱਚਾ ਸਕੂਲ ਦੇ ਵਿੱਚ ਕੀ ਪੜ੍ਹ ਰਿਹਾ, ਕੀ ਕਰ ਰਿਹਾ, ਸਾਰੀ ਜਾਣਕਾਰੀ ਮਿਲਦੀ ਹੈ। ਸਰ ਜੀ, ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਸਾਡੇ ਜੇ ਆਪਣੀ ਗੱਲ ਕਰਾਂ, ਮਾਈ ਨੇਮ ਅਮਨਪ੍ਰੀਤ ਸਿੰਘ, ਮੈਂ ਵਿਲੇਜ ਤਲਵਾੜਾ ਸ੍ਰੀਹਰ ਤੋਂ ਬਿਲੋਂਗ ਕਰਦਾ। ਔਰ ਮੇਰੇ ਲੋਕਡਾਊਨ ਤੋਂ ਪਹਿਲਾਂ ਜਿਹੜੇ ਬੱਚੇ ਸੀ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਦੇ ਸੀਗੇ, ਪਰ ਲੋਕਡਾਊਨ ਨੇ ਇੰਨੇ ਹਾਲਾਤ ਮਾੜੇ ਕਰਤੇ ਕਿ ਆਪਾਂ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਐਂਟਰੀ ਦਿੱਤੀ। ਪਰ ਮੈਨੂੰ ਬੜੀ ਖੁਸ਼ੀ ਹੈ ਕਿ ਜੋ ਪ੍ਰਾਈਵੇਟ ਸਕੂਲਾਂ 'ਚ ਨਹੀਂ ਮਿਲੇ ਉਹ ਸਰਕਾਰੀ ਸਕੂਲ 'ਚ ਮੇਰੇ ਬੱਚਿਆਂ ਨੂੰ ਮਿਲੇ, ਜਿਹਦੇ 'ਚ ਮੇਰੀ ਇੱਕ ਬੇਟੀ ਜੋ ਇਸ ਟਾਈਮ ਇੱਥੋਂ ਮੈਟ੍ਰਿਕ 'ਤੇ ਵਧੀਆ ਨੰਬਰ ਲੈ ਕੇ ਪਲੱਸ ਵਾਲਾ ਪਲੱਸ ਟੂ ਵਾਸਤੇ ਨੋਨ ਮੈਡੀਕਲ ਦੀ ਜਿਹੜੀ ਪੜ੍ਹਾਈ ਆ ਮੋਹਾਲੀ ਵਿੱਚ SS ਨਗਰ 'ਚ ਇਸ ਸਕੂਲ ਵੱਲੋਂ ਬੱਚੇ ਨੂੰ ਪ੍ਰਮੋਟ ਕਰਕੇ ਹੁਣ ਬਿਲਕੁਲ ਫ੍ਰੀ ਦਿੱਤੀ ਗਈ ਹੈ। ਇਹ ਮੇਰੇ ਬੜੇ ਮਾਣ ਦੀ ਗੱਲ ਹੈ ਕਿ ਜੇ ਮੇਰੇ ਬੱਚੇ ਪ੍ਰਾਈਵੇਟ ਸਕੂਲ 'ਚ ਹੁੰਦੇ ਤਾਂ ਹੋ ਸਕਦਾ ਮੈਨੂੰ ਨਹੀਂ ਮਿਲਣਾ ਸੀਗਾ। ਇਸ ਨਾਲ ਕਿ ਮੈਨੂੰ ਵੀ ਉਤਸ਼ਾਹ ਮਿਲਿਆ, ਬੱਚਿਆਂ ਨੂੰ ਮਿਲਿਆ, ਔਰ ਮੇਰਾ ਛੋਟਾ ਬੇਟਾ ਗੁਰਸਾਹਿਬ ਸਿੰਘ ਜੋ ਇੱਥੇ ਵਧੀਆ ਨੰਬਰ ਲੈ ਕੇ ਪੜ੍ਹ ਰਿਹਾ, ਔਰ ਬਹੁਤ ਵਧੀਆ ਪੜ੍ਹਾਈ ਹੈ। ਅੱਜ ਜੋ ਮੀਟਿੰਗ ਹੋਈ ਹੈ ਬਹੁਤ ਸ਼ਾਨਦਾਰ ਹੋਈ ਹੈ। ਇੱਦਾਂ ਦਾ ਮਾਹੌਲ ਕਦੇ ਵੀ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਅੱਜ ਤੱਕ ਨਹੀਂ ਮਿਲਿਆ ਜੋ ਕਿ ਸਰਕਾਰੀ ਸਕੂਲ ਵਿੱਚ ਮਿਲਿਆ। ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਦੇਣ ਹੈ। ਇਹ ਸਾਰਾ ਸਿਰਾ ਜੋ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਜਿਹੜੇ ਸਾਡੇ ਆ ਹੋਣਹਾਰ, ਉਹਨਾਂ ਨੂੰ ਜਾਂਦਾ ਆ, ਕਿਉਂਕਿ ਉਹ ਇਸ ਟਾਈਮ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਬਣੇ ਆ, ਉਹਨਾਂ ਨੇ ਬਹੁਤ ਹੀ ਸੋਹਣਾ ਇਤਿਹਾਸ ਸਿਰਜਿਆ ਸਾਡੇ ਸਕੂਲ ਨੂੰ ਵਧੀਆ ਬਣਾਉਣ ਦਾ। ਔਰ ਸਾਡਾ ਸਾਰਾ ਸਕੂਲ ਹੀ ਬਹੁਤ ਵਧੀਆ, ਸਟਾਫ ਬਹੁਤ ਵਧੀਆ, ਪ੍ਰਿੰਸੀਪਲ ਮੈਮ ਬਹੁਤ ਵਧੀਆ, ਪੂਰੇ ਸਟਾਫ ਜਿਹੜੇ ਮੈਂਬਰ ਹੈ ਬਹੁਤ ਹੀ ਰਿਸਪੈਕਟ ਕਰਦੇ ਆ, ਬਹੁਤ ਸਾਨੂੰ ਪਿਆਰ ਮਿਲਦਾ, ਬੱਚਿਆਂ ਨਾਲ ਮਿਲਾਉਂਦੇ ਆ, ਬੱਚੇ ਬਹੁਤ ਵਧੀਆ ਪੜ੍ਹ ਰਹੇ ਆ, ਅਤੇ ਸਾਡਾ ਸਕੂਲ ਹੋਰ ਹੀ ਬੁਲੰਦੀਆਂ ਨੂੰ ਛੂਹੇਗਾ। ਸਾਡੇ ਸ਼੍ਰੀ ਹਰਗੋਬਿੰਦਪੁਰ ਵਿਖੇ ਬੋਆਏ ਸਕੂਲ ਦੇ ਵਿੱਚ, ਜਿੱਥੇ ਸਾਡੇ ਸਭ ਤੋਂ ਪਹਿਲਾਂ ਟੀਚਰਸ ਦੇ ਉੱਪਰ ਮੈਂ ਮੁਬਾਰਕਬਾਦ ਦਿੰਦਾ ਅੱਜ ਦੇ ਦਿਨ ਉੱਪਰ ਸਾਰੇ ਬੱਚਿਆਂ ਨੂੰ, ਟੀਚਰ ਸਾਹਿਬਾਨਾਂ ਨੂੰ, ਬੱਚਿਆਂ ਦੇ ਪੇਰੈਂਟਸ ਸਾਹਿਬਾਨਾਂ ਨੂੰ। ਔਰ ਇਸ ਲਈ ਅੱਜ ਇਸ ਦਿਨ ਦੇ ਉੱਤੇ ਸਪੈਸ਼ਲੀ ਧੰਨਵਾਦ ਕਰਦਾ ਮੈਡਮ ਪ੍ਰਿੰਸੀਪਲ ਨੇ ਜਿਹੜੇ ਸਾਡੇ ਇਸ ਸਕੂਲ ਤੋਂ, ਮੈਡਮ ਰਜਨੀ ਬਾਲਾ ਜੀ, ਜਿਹੜੇ ਹੁਸ਼ਿਆਰਪੁਰ ਤੋਂ ਬਹੁਤ ਲੰਬੇ ਦੂਰ ਤੋਂ ਚੱਲ ਕੇ ਸਾਡੇ ਸ਼ਹਿਰ 'ਚ ਆਉਂਦੇ ਨੇ। ਔਰ ਸਾਡੇ ਸ਼ਹਿਰ ਦੇ ਸਕੂਲ ਨੂੰ ਤੁਸੀਂ ਦੇਖ ਹੀ ਰਹੇ ਹੋ, ਬਹੁਤ ਵਧੀਆ ਤਰੀਕੇ ਨਾਲ ਸਵਾਰਿਆ, ਸਾਫ ਸੁਥਰਾ ਰੱਖਿਆ, ਔਰ ਸਕੂਲ ਦੇ ਲਈ ਦਿਨ ਬਰ ਦਿਨ ਕੁਛ ਨਾ ਕੁਛ ਕਰਦੇ ਰਹਿੰਦੇ ਨੇ। ਮੈਂ ਸਮਝਦਾ ਸਾਨੂੰ ਇੱਦਾਂ ਦੇ ਪ੍ਰਿੰਸੀਪਲ ਨਾ ਕਦੇ ਪਹਿਲਾਂ ਮਿਲੇ ਅਤੇ ਨਾ ਹੀ ਸਾਨੂੰ ਕਦੇ ਬਾਅਦ ਮਿਲਣੇ ਨੇ। ਖਾਸ ਕਰਕੇ ਪ੍ਰਿੰਸੀਪਲ ਮੈਡਮ ਰਜਨੀ ਬਾਲਾ ਜੀ ਔਰ ਮਾਸਟਰ ਸਰਦਾਰ ਹਰਪਾਲ ਸਿੰਘ ਹੋਣਾ ਚਾਹੀਦਾ, ਮੈਂ ਜਿੱਥੇ ਕੋਟਮ ਕੋਟ ਧੰਨਵਾਦ ਕਰਦਾ ਉੱਥੇ ਮੁਬਾਰਕਬਾਦ ਵੀ ਦਿੰਦਾ। ਬਹੁਤ ਵਧੀਆ ਉਪਰਾਲਾ ਹੈ ਅੱਜ, ਜਿੱਥੇ ਟੀਚਰਸ ਡੇ ਸੀਗਾ ਉਹਦੇ ਉੱਪਰ ਇੱਕ ਟੀਚਰ ਮਿਲਣੀ ਜਿਹੜੀ ਆ ਉਹ ਕੀਤੀ ਗਈ ਆ, ਬੜੇ ਵਧੀਆ ਗੱਲ ਆ। ਮੈਨੂੰ ਲੱਗਦਾ ਬਹੁਤ ਘੱਟ ਇਵੇਂ ਹੁੰਦਾ ਜਿਵੇਂ ਇੱਥੇ ਕੀਤਾ ਜਾ ਰਿਹਾ, ਕਿਉਂਕਿ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਵੀ ਮੈਡਮ ਸਾਡੇ ਦਿਨ ਬਰ ਦਿਨ ਕੋਈ ਨਾ ਕੋਈ ਨਵਾਂ ਉਪਰਾਲਾ ਕਰਦੇ ਨੇ। ਦੇਖੋ ਐਵੇਂ ਜਦੋਂ ਮੀਟਿੰਗ ਕਰਦੇ ਹਾਂ, ਇੱਕ ਤਾਂ ਬੱਚਿਆਂ ਦੇ ਲਈ, ਕਿਉਂਕਿ ਟੀਚਰਸ ਦਾ, ਟੀਚਰ ਜਿਵੇਂ ਆਪਾਂ ਕਹਿੰਦੇ ਹਾਂ ਕਿ ਮਾਂ ਰੱਬ ਦਾ ਦੂਜਾ ਰੂਪ ਆ, ਇਵੇਂ ਟੀਚਰ ਵੀ ਜਿਹੜਾ ਆ ਉਹ ਰੱਬ ਦਾ ਦੂਜਾ ਰੂਪ ਆ। ਦੇਖੋ ਬੱਚਿਆਂ ਦੇ ਮਾਂ ਬਾਪ ਨੂੰ ਜਦੋਂ ਬੁਲਾਉਂਦੇ ਨੇ ਤਾਂ ਬੱਚਿਆਂ ਦੇ ਵਿੱਚ ਇਹ ਵੀ ਇੱਕ ਉਹਨਾਂ ਦੀ ਸਕਸੈਸਫੁੱਲ ਦੇ ਵਿੱਚ ਇੱਕ ਚੰਗਾ ਕਦਮ ਆ ਮਾਂ ਪਿਓ ਦਾ, ਔਰ ਟੀਚਰਸ ਦਾ ਬੁਲਾਉਣਾ ਇਹ ਚੰਗੀ ਗੱਲ ਆ। ਇੱਦਾਂ ਹਰ ਇੱਕ ਮਾਂ ਬਾਪ ਨੂੰ ਆਉਣਾ ਚਾਹੀਦਾ, ਔਰ ਉਹਨਾਂ ਟੀਚਰ ਸਾਹਿਬਾਨਾਂ ਦਾ ਵੀ ਔਰ ਆਏ ਹੋਏ ਪੇਰੈਂਟਸ ਸਾਹਿਬਾਨਾਂ ਦਾ ਵੀ ਧੰਨਵਾਦ ਕਰਦਾ। ਮੈਂ ਪ੍ਰਿੰਸੀਪਲ ਰਜਨੀ ਬਾਲਾ, ਗੌਰਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼੍ਰੀ ਹਰਗੋਬਿੰਦਪੁਰ। ਅੱਜ 5 ਸਤੰਬਰ ਨੂੰ ਐਜੂਕੇਸ਼ਨ ਡਿਪਾਰਟਮੈਂਟ ਅਤੇ ਰਿਸਪੈਕਟਿਡ ਐਜੂਕੇਸ਼ਨ ਮਿਨਿਸਟਰ ਜੀ ਵੱਲੋਂ ਜਿਹੜਾ ਇੰਸਪਾਇਰ ਮੀਟ ਚਲਾਈ ਜਾ ਰਹੀ ਸੀ, ਇਸ ਦਾ ਮੇਨ ਮਕਸਦ ਬੱਚਿਆਂ ਦੇ ਪੇਰੈਂਟਸ ਦੇ ਨਾਲ ਟੀਚਰਸ ਦੀ ਇੰਟਰੈਕਸ਼ਨ ਸੀ। PTM ਅੱਗੇ ਵੀ ਬਹੁਤ ਵਾਰੀ ਹੁੰਦੀ ਹੋਈ, ਲੇਕਿਨ ਅੱਜ PTM ਦੇ ਵਿੱਚ ਖਾਸੀਅਤ ਇਹ ਸੀ ਕਿ PTM ਦੇ ਵਿੱਚ ਪੇਰੈਂਟਸ ਜਿਹੜੇ ਸੀਗੇ ਉਹ ਬੱਚਿਆਂ ਦੀ ਕੰਪਲੇਂਟ ਸੁਣਨ ਲਈ ਘੱਟ, ਅਤੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਟੀਚੇ ਤੱਕ ਪਹੁੰਚਾਉਣ ਲਈ ਟੀਚਰਸ ਦੇ ਨਾਲ ਇੰਸਪਾਇਰੇਸ਼ਨਲ ਇੱਕ ਐਫਰਟ ਸੀਗਾ ਇਹ ਡਿਪਾਰਟਮੈਂਟ ਦਾ, ਕਿ ਜਿਹਦੇ ਵਿੱਚ ਬੱਚਿਆਂ ਨੂੰ ਪੇਰੈਂਟਸ ਅਤੇ ਪੇਰੈਂਟਸ ਨੂੰ ਮਤਲਬ ਬੱਚਿਆਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਦੇਖਦੇ ਹਾਂ ਕਿ COVID-19 ਦੇ ਵਿੱਚ ਬੱਚੇ ਜਿਹੜੇ ਆ ਆਪਣੇ ਪੜ੍ਹਾਈ ਤੋਂ ਬਹੁਤ ਪਿੱਛੇ ਰਹਿ ਗਏ ਸੀ। ਬੱਚੇ ਉਦੋਂ ਹੀ ਆਲਰਾਊਂਡਰ ਡਿਵੈਲਪਮੈਂਟ ਬੱਚੇ ਦੀ ਹੋ ਸਕਦੀ ਹੈ ਜਦੋਂ ਬੱਚੇ ਦੀ ਪੜ੍ਹਾਈ ਦੇ ਨਾਲ ਨਾਲ ਬੱਚੇ ਦੀ ਖੇਡਾਂ ਦੇ ਉੱਤੇ ਵੀ ਤਵੱਜੋ ਦਿੱਤੀ ਜਾਵੇ। ਪੇਰੈਂਟਸ ਦੇ ਨਾਲ ਬਹੁਤ ਸਾਰੀਆਂ ਗੇਮਾਂ ਖਿਡਾਈਆਂ ਗਈਆਂ,
हर गेम दे विच जड़े पेरेंट्स अगे आउंदे सीगे उन्हां नूं प्राइज़ भी दित्ते गए। उन्होंने इस गल दा इस इंस्पायर मीट दा एक नवी जड़ी आपां स्टैप चक्किया इहदे नाल उह बहुत उन्हां नूं प्रभावित होए। पेरेंट्स ने शिकायत यह की कि साडे बच्चे जड़े है वह मोबाइल दे नाल ज़्यादा अटैच हुंदे ने। अगर असी इस मोबाइल दे नाल बच्चों हटा दिता जाए या तुसी कोई इस तरह की एफर्ट करो तो टीचर्स ने कहा कि तुसी बच्चों सिर्फ अपने समय दे विच क्योंकि कोविड ने बच्चों ऑनलाइन काम दे देन दे करके क्योंकि उदो बच्चे दा टीचर्स दे नाल रिलेशन मतलब इन्ना इंट्रैक्शन नहीं सी जिदे करके उन्होंने ऑनलाइन काम देना पैंदा सी ते बच्चे करते भी सी जिदे करके बच्चे जड़े है हैबिचुअल हो चुके सीगे अपने मोबाइल्स दे। आपां कोशिश कर रहे हैं कि बच्चों सिर्फ पे टीचर ने कहा कि एक घंटा बच्चे नूं मोबाइल दिता जाए ता जो वो क्योंकि किसी भी जदों किसी नूं कोई आदत पड़ जाती है तो वो ईजीली बच्चों की नहीं तोड़ी जा सकती लेकिन स्टैप बाय स्टैप असी कोशिश करिए। तो ये एक बहुत वड्डा इसका क्वेश्चन सीगा जिहड़ा असी उस अज जिस तरह कि असी जानते हैं कि 5 सितंबर नूं टीचर्स डे है। टीचर्स दे क्योंकि कोई भी समाज सोसाइटी ता ही राइज करती है जो उस दे टीचर्स बहुत ग्रेट एफर्ट्स करते हैं बच्चों के पिछे जिथे पेरेंट्स का उत्थे नाल नाल टीचर्स का भी बहुत वड्डा रोल है। तो टीचर्स दे सम्मान होना बहुत जरूरी सी। अज वो टीचर नूं सम्मान किया गया उन्हां नूं सम्मान किया गया जिन्होंने पंजाब सरकार वल्लों चलाईआं जिहड़ीआं गेमां जिहड़ीआं कि असीं देख रहे जोनल गेम्स हो रही सीगियां इस तों बाद वतन पंजाब दीआं गेमां 3 दिन लगातार चलदियां रहीआं। स्कूल दे विच विद्यार्थियों ने उन्हां गेमां दे विच कबड्डी अंडर 14 अंडर 19 अंडर 17 इस दे नाल टग बार फुटबॉल हॉकी दे विच अपनियां जिहड़ीआं प्राप्तियां कीतियां। इस लई उन्हां टीचर नूं सम्मान किया गया क्योंकि उन्हां दी ही करके ही अज असी अपने बच्चों नूं इस ग्राउंड विच लैके आ सके हाँ बच्चों की ऑलराउंडर डिवेलपमेंट कर सके हाँ। स्कूल इस तरह कि जिहड़ा गवर्नमेंट सीनियर सैकेंडरी स्मार्ट स्कूल श्री हरगोबिंदपुर है ये 1914 का बनया हुआ स्कूल है। भला जी दर्शन सिंह भला जी ने इन्हों मतलब विशनदास भला जी ने इन्हों की शुरुआत की 1914 के जो इन्होंने ये चीज़ स्टैप चक्या तो 1919 के छोटा जहा स्कूल बना के उन्होंने सरकार दे सौंप दिता कि इधरले जिहड़े विद्यार्थी ने क्योंकि 1984 के दंगियां के पिछे इस इलाके का बहुत ज़्यादा पिछोकड़ बहुत खराब हो चुका सी। उन्होंने कोशिश की एक छोटी जी एफर्ट की कि एक स्कूल नूं किया जाए। उस तो बाद आज मेरी इस स्कूल भी ज्वाइनिंग 17 की है मैनू 17 च 5 साल हो जाने हैं इस इलाका निवासियों की एफर्ट्स के नाल। इस अजकल साढ़े कमेटी प्रधान जी नवदीप सिंह पन्नू जी ने जिन्हों का बहुत वड्डा योगदान मेरे स्कूल नूं भी एक वधिया बनाउण दे विच है। जिते सरकार दीआं सहूलतावां हैं उत्थे इलाका निवासियों ने उन्हां दी मोटिवेशन साढ़े टीचर्स स्कूल दे जिहड़े कि हर वेले मेरे नाल मोढ़े नाल मोढ़ा जोड़ के साथ खड़े रहिंदे ने मैं उन्हां दा सारिआं दा तहि दिल भी धन्नवाद करदी हाँ। साढ़े स्कूल दे विच मैं तुहानूं दसना चाहुंदी हाँ कि मेरी ज्वाइनिंग तो बाद स्कूलों प्रोजैक्टर लग चुके ने स्कूलों के लैब्स बन चुकिया ने। साढ़े स्कूल दे विच एक सिक्योरिटी लैब है एक हैल्थ केयर लैब है कंप्यूटर लैब्स है ROT लैब्स है साइंस लैब्स है आर्ट एंड क्राफ्ट है मैथ लैब है उदे नाल नाल मैथ पार्क बन चुकिया साइंस पार्क बन चुकिया है। तो स्कूल विच स्कूल दी बिल्डिंग अगे नालों बहुत फर्क है ये नाल नाल स्कूल दे बाहरले पासे स्कूल दी ग्राउंड है जिथे कि सिर्फ स्कूल दे बच्चे ही नहीं इलाका निवासियों के सारे ही बच्चों है कि वो भर्ती दे लई अगर कोई भी भर्ती करना चाहते होन भर्ती जाना चाहते होन तो वह मोस्ट वेलकम वो अपने उस ग्राउंड दे विच आके सारिया जड़िया करते रहते हैं। बच्चों मैं ये संदेश देना चाहनी हाँ कि बच्चे अगर तुसी जदों स्कूल विच आउंदे हो तां तुहानूं टीचर्स दे विच कोई ना कोई खासियत नज़र आउंदी है उस खासियत नूं लैके अपने टीचे नूं मिथ के अपने टीचे वल ध्यान दे के अपने टीचे दे पहुँचन की कोशिश करो तां जो आउण वाले समें दे विच जिहड़े टीचर तुहानूं पढ़ाउंदे सी उह फकर कर सकन
कि ये स्कूल के जोड़े बच्चे ने बच्चा जरा मेरे द्वारा पढ़ाया गया है, मैं बच्चे यही कहनी हाँ। ਹਾਡੀ ਆਪਣੀ ਭਰੋਸੇਮੰਦ ਅਕੈਡਮੀ ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ ਜਿੱਥੇ ਆਇਲਸ ਅਤੇ ਪੀਟੀ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਿਟਰ ਵੀਜ਼ਾ। ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ।